ਤਰਨਤਾਰਨ ਦੇ ਪਿੰਡ ਸਹਿਰੋਂ ਵਿਖੇ ਬੀਤੇ ਦਿਨੀ ਇੱਕ ਵਿਆਹਤਾ ਨਾਲ ਪ੍ਰੇਮ ਸੰਬੰਧਾਂ ਦੇ ਚਲਦੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲੜਕੇ ਦੇ ਭਰਾ ਦਾ ਕਹਿਣਾ ਹੈ ਕਿ ਉਸ ਦਾ ਨਾਮ ਗੁਰਵਿੰਦਰ ਸਿੰਘ ਹੈ, ਜੋ ਕਿ ਲੜਕੀ ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ, ਜਿਸ ਦੇ ਬਾਅਦ ਲੜਕੀ ਦੇ ਪਰਿਵਾਰ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ। ਗੁਰਵਿੰਦਰ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਫੋਨ ਨਹੀਂ ਮਿਲਿਆ ਤਾਂ ਪਰਿਵਾਰ ਦੇ ਵੱਲੋਂ ਤਲਾਸ਼ ਸ਼ੁਰੂ ਕੀਤੀ ਗਈ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਖਬਰ ਮਿਲੀ ਕਿ ਗੁਰਵਿੰਦਰ ਦਾ ਕਤਲ ਕਰ ਦਿੱਤਾ ਗਿਆ। ਸਰ, ਮੇਰਾ ਭਰਾ ਇੱਥੇ ਨਸ਼ਹਿਰੇ ਆਇਆ ਸੀ ਕੰਮ ਕਿਤੇ, ਅਤੇ ਇਹ ਮੁੰਡੇ ਨਾ ਪੁਰਾਣੀ ਰੰਜਿਸ਼ ਬਾਈ ਚੱਲਦੀ ਸੀ ਇਹਨਾਂ ਨਾਲ, ਅਤੇ ਉਹ ਅੱਜ ਆਦਿ ਲੰਘਣ ਲੱਗਾ ਤਾਂ ਉਹਨਾਂ ਨੇ ਅਗਵਾਹ ਕਰ ਲਿਆ ਮੁੰਡੇ ਨੂੰ, ਭਰਾ ਮੇਰੇ ਨੂੰ ਅਗਵਾਹ ਕਰਕੇ ਤਾਂ 2 ਘੰਟੇ ਮਿਲਿਆ ਨਹੀਂ, ਭਾਲ ਕਰਦੇ ਰਹੇ ਆ। ਬਟ ਜਦੋਂ ਸਾਨੂੰ ਮਿਲਿਆ ਵਾ ਤਾਂ ਆਹ ਹਾਲਤ ਦੇ ਵਿੱਚ ਮਿਲਿਆ ਵੀ ਪੁਲਿਸ ਸਾਡੇ ਘਰ ਆ ਕੇ ਕਹਿੰਦੀ ਕਿ ਤੁਹਾਡੇ ਮੁੰਡੇ ਡੈਥ ਹੋ ਚੁੱਕੀ ਆ, ਸਾਡੇ ਘਰ ਪੁਲਿਸ ਆਈ ਆ, ਇਹਨਾਂ ਨੇ ਕਿਹਾ ਕਿ ਡੈਥ ਹੋ ਗਈ, ਫਿਰ ਅਸੀਂ ਇੱਥੇ ਆਏ ਆ ਤਾਂ ਫਿਰ ਸਾਨੂੰ ਪਤਾ ਲੱਗਾ। ਨਹੀਂ, ਕਿਹਦਾ ਘਰ ਹੈ ਇਹ? ਘਰ ਜੀ ਸੰਨੀ ਮੁੰਡਾ ਡਾਕਟਰ ਅਗਨੀ ਉਹ ਪੀ ਏ ਜੇ ਉਹ। ਅੱਛਾ, ਹਾਂਜੀ। ਕਾਨਾ ਮਾਰਿਆ ਮੁੰਡੇ ਨਾਲ? ਸਰ, ਕਰੰਟ ਕਰੂੰਟ ਲਾਇਆ, ਬਹੁਤ ਬੁਰਾ ਹਾਲ ਕੀਤਾ ਅੰਦਰ, ਵੇਖੋ ਤੁਸੀਂ ਜਾ ਕੇ ਕਰੀ ਪਾ ਪੂ ਦੇ ਕੇ ਉਹਨਾਂ ਬਹੁਤ ਡੈਥ ਕੀਤੀ। ਰੰਜੀ ਸਰ ਇਹਦੀ ਸੰਨੀ ਦੀ ਜਿਹੜੀ ਭੈਣ ਸੀ ਨਾ ਉਹ ਵਿਆਹੀ ਹੋਈ ਆ, 2 ਦੇ ਬੱਚੇ ਆ, ਅਤੇ ਮੇਰਾ ਭਰਾ ਛੋਟਾ 16 ਸਾਲ ਉਮਰ ਦੇ ਸਾਰੀ, ਇਹਨੇ ਉਹਨੂੰ ਪਿੱਛੇ ਲਾਇਆ ਸੀ, ਠੀਕ ਆ। ਉਹਨੂੰ ਫੋਨ ਕਰਦੀ, 2-3 ਵਾਰੀ ਅੱਗੇ ਮਾਰਨ ਭੱਜੇ ਆ, ਅਤੇ ਜਦੋਂ ਭੱਜੇ 2 ਵਾਰੀ ਤਾਂ ਅਸੀਂ ਉਹਨੂੰ ਮਹਾਂ ਪੰਜਾਬ ਜੋ ਸਾਡੇ ਕੋਲ ਐਂ ਰੋਂਦਾ ਰਿਹਾ ਸਾਡੇ ਕੋਲ, ਅਸੀਂ ਕੁੱਟ ਮਾਰ ਕੀਤੀ ਕਿ ਤੂੰ ਕਰਨ ਜਾਂਦਾ ਉੱਧਰ। ਅੱਜ ਉਹ ਅਚਾਨਕ ਨਸ਼ਹਿਰੇ ਕੰਮ ਗਿਆ ਸੀ, ਅਤੇ ਨਸ਼ਹਿਰੇ ਜਦੋਂ ਵਾਪਸ ਆਇਆ ਵਾ ਤਾਂ ਇਹਨਾਂ ਨੇ ਅਗਵਾਹ ਕਰ ਲਿਆ, ਅਗਵਾਹ ਕਰਕੇ ਤਾਂ ਸਾਨੂੰ ਉਦੋਂ ਰਿਪੋਰਟ ਮਿਲੀ ਜਦੋਂ ਮਰ ਗਿਆ ਸੀ। ਉਹ ਵੀ ਸਾਨੂੰ ਪੁਲਿਸ ਦੱਸਣਾ ਸੀ, ਸਾਨੂੰ ਕੁਝ ਨਹੀਂ ਪਤਾ ਸੀ ਕਿੱਥੇ ਗਿਆ ਸਾਡਾ ਮੁੰਡਾ, ਕਿੱਥੇ ਨਹੀਂ। ਆਪਣੀ ਭਾਲ ਕੀਤੀ, ਸਵਿੱਚ ਆਫ ਜਦੋਂ ਫੋਨ ਆਉਣ ਡਿਆ ਪਿਆ ਉਦੋਂ ਹੀ ਗਿਆ। ਭਰਾ ਦਾ ਗੁਰਵਿੰਦਰਜੀਤ ਸਿੰਘ ਉਰਫ ਗਿੱਤਾ ਕਹਿੰਦੇ ਜਦੋਂ। ਮੌਕੇ ਤੇ ਪਹੁੰਚੇ DSP ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਦੇ ਪ੍ਰੇਮ ਸੰਬੰਧ ਇੱਕ ਵਿਆਹਤਾ ਦੇ ਨਾਲ ਸੀ, ਜਿਸ ਦੇ 2 ਬੱਚੇ ਵੀ ਸੀ, ਜਿਸ ਦੇ ਚਲਦੇ ਲੜਕੀ ਦੇ ਸਹੁਰਿਆਂ ਦੇ ਵੱਲੋਂ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਦੇ ਸੰਬੰਧ ਸੰਦੀਪ ਕੌਰ ਦੇ ਨਾਲ ਸੀ, ਜਿਸ ਦੇ ਆਧਾਰ ਤੇ ਸੰਦੀਪ ਕੌਰ, ਉਸ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੜਕਾ ਹੈ ਗੁਰਵਿੰਦਰਜੀਤ ਸਿੰਘ, ਤਰਨ ਤਾਰਨ ਦਾ ਰਹਿਣ ਵਾਲਾ ਹੈ। ਇਹਦੇ ਰਿਲੇਸ਼ਨ ਸੀ ਇੱਕ ਲੜਕੀ ਸਿਰੋਂ ਦੀ ਸੰਦੀਪ ਕੌਰ ਦੇ ਨਾਲ। ਉਹ ਅੱਜ ਉਹਨੂੰ ਉਹਦੇ ਘਰ ਇੱਥੇ ਮਿਲਣ ਆਇਆ ਸੀ, ਉਹ ਆਲਰੇਡੀ ਮੈਰਿਡ ਹੈ, ਮਿਲਣ ਆਇਆ ਸੀ। ਇੱਥੇ ਉਹਦੀ ਡੈੱਡ ਬੋਡੀ ਮਿਲੀ ਆ, ਅਸੀਂ ਮੌਕੇ 'ਤੇ ਆਏ ਹਾਂ। ਉਹਦੇ ਲੜਕੇ ਦੇ ਘਰਦਿਆਂ ਨੂੰ ਬੁਲਾਇਆ ਗਿਆ, ਉਹਨਾਂ ਨੇ ਜਿਹੜੀ ਇਹ ਲੜਕੀ ਸੰਦੀਪ ਕੌਰ, ਉਹਦੇ ਬ੍ਰਦਰ, ਉਹਦੀ ਮਾਤਾ, ਉਹਦੇ ਹਸਬੈਂਡ ਅਤੇ ਉਹਦੇ 2 ਜੇਠਾਂ ਦੇ ਖਿਲਾਫ ਜਿਹੜੀ ਆ ਫਿਲਹਾਲ FIR ਦਰਜ ਕਰਵਾਈ ਹੈ। ਅਤੇ ਮੌਕੇ ਤੋਂ ਜਿਹੜੇ ਸੰਦੀਪ ਕੌਰ ਅਤੇ ਉਹਦੀ ਮਾਤਾ ਜਿਹੜੀ ਉਹ ਕਾਬੂ ਆਈ ਹੈ, ਪਰਚਾ ਦਰਜ ਕਰ ਲਿਆ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਰਨ ਤਾਰਨ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।